हाँ जी, सत श्री अकाल भाई जी सारिआं नूं। आपां अज देसी जड़ियां वाली गल करनी है, देसी जड़ियां बारे गल करनी आपां भी किवें इह रहिंदियां ते कित्थे रहिंदियां, की खांदियां, किवें इहनां नूं रहिण वास्ते जुगाड़ चाहीदा। आ जिहड़ी तुसीं देख सकदे आ, जिहड़ी आह वीडियो है मेरे घर दे बाहर दी आ। मेरे घर दे बाहर हालणे लाए हुए आ ते इक आह बेल लाई आ मैं इहनां वास्ते। जिहड़ी इह बेल आ, ये वीडियो हैगी पिछले साल की, एरकी तो यह बहुत बड़ी होगी बेल, गां वीडियो थोड़ा दस जूगी गां है। तो कई कह देंगे भी जिमें हम इन वास्ते आहने नहीं लाने चाहिए, है ना, टांपरेली आलने, पर मेरे हिसाब न यह सही आलने। जिमें देखो हम तीस कई बंद कह देंगे भी जिमें रेंज हूँ रेंज टावर की रेंज ना मर गई ये चिड़िया हो गया, है ना, उमें का कुछ नहीं है गा। अपने भी इतने रेंज आ टावर की साढ़े घर भी, तो यह तुम देख सकते इतने वधिया चिड़िया रहिंदियां, ये घट्टो घट इतने सत अठ पेयर रेंदे होना। बेल वड्डी होगी तुम वीडियो देख लो, सत अठ पेयर रेंदे ये तो हुण आए सीजन ये बच्चे इतने वधिया दिंदियां आलणियां दे विच। ये रेंज दे नाल नहीं, ये मरियां नहीं है, जाने की इतों प्रवास कर गई आसे पासे। इन्हों रहन जगह है नहीं सी, आप हम लैंटर वाले घर आ सारे दे। अगे हुंदा सी कन्न वालियां छत्तां, कंधा च बैरलां बुरलां हुंदियां सी, उहदे विच इह ऐ दूजा आलणे पालनियां सी। जिहड़ियां इह चिड़ियां वा कई कहिंदे भाई दरख्त ला दो, दरख्तां ते आलणे पालनियां आपे, है ना। तो थोनों भी दस दिंदे भी इह जिहड़ी चिड़ी आ इह दरख्त ते आलणा नहीं पाउंदी गी। कई जानवर होंदे आ जिहड़े खुड्डां दे विच ही रहिंदे आ, जिवें इह चिड़ी हो गई, गिटार हो गई, तो चुगल हो गया, एक दो जानवर होर आ वो जिवें खुड्डां दे विच ही आलणे पाउंदे आ, इह उत्ते आलणा नहीं पाउंदे गे। खुड्डां दे विच आलणा जरूर पाउंदे, डक्के डुके लिया के, पर खुड्डां दे विच पाउंदे आ। हुणा भी इत्थे वेल दे विच इह बैठियां तां रहिंदियां सारा दिन, रात नूं भी बैठियां रहिंदियां वा, पर जदों इहनां ने बच्चे देणे आ उदों इहनां ने उह खुड्डां वाले आलणे देणे जिहड़े तां मैं लाए पिया ना, ਤਾਂ ਬਣਾ ਕੇ ਲਾਏ ਵੀ ਆ। ਵੇਲ ਦਾ ਹੁਣ ਉਹਲਾ ਹੋ ਗਿਆ ਹੁਣ ਉਹਨਾਂ ਨੂੰ ਪੂਰਾ, ਇਹ ਮੈਂ ਵੇਲ ਉਹਦੇ ਕਾ ਮੂਹਰੇ ਲਾਈ ਆ ਵੀ ਤਾਂ ਸੇਫਟੀ ਵਾਸਤੇ, ਜਿਵੇਂ ਲਗੜ ਆਉਂਦੀਆਂ ਜਾਂ ਗਟਾਰਾਂ ਆਉਂਦੀਆਂ, ਹੈ ਨਾ, ਉਹ ਇਹਨਾਂ ਦੇ ਆਲਣਿਆਂ ਦੇ ਵਿੱਚ ਆ ਕੇ ਬੱਚੇ ਕੱਢ ਲੈਂਦੀਆਂ ਜਾਂ ਇਹਨਾਂ ਨੂੰ ਫੜ ਲੈਂਦੀਆਂ। ਇਹ ਥੋੜ੍ਹਾ ਜਿਹਾ ਅਨਸੇਫ ਰਹਿੰਦੀਆਂ ਸੀ ਉਹਦੇ ਨਾਲ, ਹੁਣ ਇਹ ਪੂਰੀਆਂ ਸੇਫ ਹੋ ਗਈਆਂ, ਹੁਣ ਉਹ ਤੁਸੀਂ ਦੇਖ ਸਕਦੇ ਆ ਤਾਂ ਲੱਗੇ ਜਿਹੜੇ ਆਲਣੇ ਉਹ ਢਕੇ ਗਏ ਸਾਰੇ ਵੇਲ ਦੇ ਨਾਲ, ਅਤੇ ਹੁਣ ਇਹ ਉਹਦੇ ਵਿੱਚ ਪੂਰਾ ਐਂ ਵੇਲ ਦੇ ਵਿੱਚ ਬੈਠੀਆਂ ਰਹਿੰਦੀਆਂ ਵਾ। ਇੱਥੇ ਮੇਰਾ ਇੱਕ ਦਾਣਿਆਂ ਨੂੰ ਵੀ ਲਾਇਆ ਹੋਇਆ ਜੁਗਾੜ, ਉਹ ਵੀ ਤੁਹਾਨੂੰ ਦਿਖਾਵਾਂਗੇ ਬਾਅਦੋਂ। ਅਤੇ ਇਸ ਲਈ ਇਹਨਾਂ ਵਾਸਤੇ ਇਹੋ ਜਿਹਾ ਆਲਣੇ ਜ਼ਰੂਰੀ ਆ, ਜਿਵੇਂ ਕੋਈ ਗੱਤੇ ਦਾ ਢਾਬਾ ਲਾ ਦਿਓ ਅੰਦਰਲੇ ਪਾਸੇ, ਕਿਤੇ ਓਹਲੇ ਦੇ ਪੜਦੇ ਜੇ ਵਿੱਚ ਰਹਿੰਦੀਆਂ ਥੋੜ੍ਹਾ ਜਿਹਾ, ਥੋੜ੍ਹੀਆਂ ਜਿਹੀਆਂ ਜਦੀ ਕਹਿ ਦਈਏ ਵੀ ਸ਼ਰਮੀਲੀਆਂ ਜਿਹੀਆਂ ਵਾ ਇਹ, ਥੋੜ੍ਹੀਆਂ ਜਿਹੀਆਂ ਡਰਦੀਆਂ ਜ਼ਿਆਦਾ ਆ ਇਹ, ਜੇ ਹੁਣ ਇਹਨਾਂ ਨਾਲ ਝਾਕਣ ਵੀ ਲੱਗ ਗਏ ਨਾ ਤਾਂ ਉਹਦੀ ਇਹ ਚੜ ਚੜ ਲੱਗ ਜਾਂਦੀਆਂ ਕਾਰਨ। ਕਿ ਦਾਣੇ ਹੋ ਗਏ ਜਿਵੇਂ ਇਹ ਕਣਕ ਦੇ ਦਾਣੇ ਨਹੀਂ ਇਹਨਾਂ ਤੋਂ ਖਾਧੇ ਜਾਂਦੇ, ਜਿਵੇਂ ਚੌਲ ਹੋ ਗਏ, ਬਾਜਰਾ, ਗੁੱਲੀ ਡੰਡਾ, ਇਹੋ ਜਿਹਾ ਬਰੀਕ ਜਿਹਾ ਦਾਣਾ ਖਾਂਦੀਆਂ ਇਹ, ਅਤੇ ਉਹ ਵੀ ਹੁਣ ਇਹਨਾਂ ਨੂੰ ਆਮ ਨਹੀਂ ਕਿਤੇ ਹੈ, ਹੈ ਨਾ, ਵੀ ਉਹਨਾਂ ਨਹੀਂ ਮਿਲਦਾ। ਅਤੇ ਬਾਕੀ ਬਾਹਲਾ ਤਾਂ ਇਹ ਜਗ੍ਹਾ ਦਾ ਕਰਕੇ ਇੱਥੋਂ ਗਈਆਂ ਆਪਣੇ, ਵੀ ਇਹਨਾਂ ਨੂੰ ਜਗ੍ਹਾ ਨਹੀਂ ਸੀ ਮਿਲਦੀ ਰਹਿਣ ਨੂੰ ਬਹਿਣ ਨੂੰ, ਹੈ ਨਾ, ਇਸ ਲਈ ਇਹ ਗਈਆਂ ਵਾ ਇੱਥੋਂ ਪ੍ਰਵਾਸ ਕਰ ਗਈਆਂ, ਮਰੀਆਂ ਮੁਰੀਆਂ ਨਹੀਂ ਹੈਗੀਆਂ ਇਹ। ਤੁਸੀਂ ਟਰਾਈ ਕਰਕੇ ਦੇਖੋ, ਇਹਨਾਂ ਦੇ ਆਲਣੇ ਲਾਇਓ, ਇੱਕ ਸਾਲ ਨਾ ਆਉਣਗੀਆਂ ਅਗਲੇ ਸਾਲ ਜ਼ਰੂਰ ਆਉਣਗੀਆਂ ਇਹ। ਮੈਂ ਵੀ ਆ ਟਰਾਈ ਕੀਤਾ ਕਰਕੇ, ਹੁਣ ਇਹ ਮੇਰੇ ਇੱਥੇ ਕਾਫੀ ਰਹਿੰਦੀਆਂ ਮੇਰੇ ਆ ਵੇਲ ਦੇ ਵਿੱਚ। ਬਾਕੀ ਕਈ ਵੀਰ ਕਹਿ ਲੈਂਦੇ ਯਾਰ ਆਪਾਂ ਅਸੀਂ ਆਲਣੇ ਲਾਏ ਸੀ ਬਾਈ ਗਟਾਰਾਂ ਹੀ ਆਉਂਦੀਆਂ ਉਹਦੇ ਵਿੱਚ, ਚਿੜੀਆਂ ਤਾਂ ਆਉਂਦੀਆਂ ਨਹੀਂ ਯਾਰ, ਛੋਟੀਆਂ ਚਿੜੀਆਂ। ਇਹਨਾਂ ਦਾ ਵੀ ਵੀਰੇ ਰੀਜਨ ਆ, ਤੁਸੀਂ ਜਿਵੇਂ ਹੁਣ ਆਲਣਾ ਲਾਓਗੇ, ਹੈ ਨਾ, ਜਿਹੜਾ ਤੁਸੀਂ ਜਿਹੋ ਉਹਦੇ ਵਿੱਚ ਜਿਹੋ ਉਹਦੇ ਵਿੱਚ ਸਹਿਜ ਬਣਾਓਗੇ, ਮੰਨ ਕੇ ਚੱਲੋ ਵੀ ਉਹਦਾ ਆਲਣੇ ਦਾ ਸਹਿਜ ਮੈਟਰ ਕਰਦਾ ਵਾ, ਵੀ ਇਹਦੇ ਵਿੱਚ ਕਿਹੜਾ ਜਾਨਵਰ ਰਹੂਗਾ। ਜਿਹੜਾ ਆਲਣੇ ਦੀ ਤੁਸੀਂ ਗਲੀ ਵੱਡੀ ਰੱਖਤੀ, ਹੈ ਨਾ, ਉਹਦੇ ਵਿੱਚ ਨਿੱਕੀ ਚਿੜੀ ਨਹੀਂ ਰਹਿਣਾ, ਉਹਦੇ ਵਿੱਚ ਗਟਾਰ ਨਹੀਂ ਰਹਿਣਾ ਮੰਮ, ਜਾਂ ਗਟਾਰ ਤੋਂ ਕੋਈ ਵੱਡਾ ਜਾਨਵਰ ਜਿਹੜਾ ਵਿੱਚ ਵੜ ਸਕਦਾ ਉਹ ਰਹੂਗਾ। ਇਹ ਜਾਨਵਰ ਬਹੁਤ ਸਿਆਣੇ ਹੁੰਦੇ ਆ, ਇਹਨਾਂ ਨੂੰ ਪਤਾ ਵਾ ਵੀ ਜੇ ਹੁਣ ਮੰਨ ਕੇ ਚੱਲ ਵੀ ਆ ਜਿਹੜੀ ਜਿਹਦੇ ਵਿੱਚ ਵੀ ਅਸੀਂ ਵੜਦੀਆਂ ਗਲੀ ਆ, ਵੀ ਇਹ ਸਾਡੇ ਸਰੀਰ ਤੋਂ ਜੇ ਇਹ ਵੱਡੀ ਆ ਤਾਂ ਜਦੋਂ ਅਸੀਂ ਇਹਦੇ ਵਿੱਚ ਬੱਚੇ ਦਿੱਤੇ ਤਾਂ ਜਾਂ ਹੋਰ ਜਾਨਵਰ ਵੱਡਾ ਆਊਗਾ, ਗਟਾਰ ਆਊਗੀ ਉਹ ਕੱਢ ਕੇ ਮਾਰੂਗੀ ਬਾਹਰ ਬੱਚੇ ਅਤੇ ਖਾ ਜੂਗੀ, ਜਾਂ ਲੱਗੜ ਆਊਗੀ ਉਹ ਕੱਢ ਲੂਗੀ ਵਿੱਚੋਂ ਬੱਚੇ। ਇਸ ਲਈ ਇਹ ਸਹਿਜ ਦੇਖਦੀਆਂ ਪਹਿਲਾਂ ਵੀ ਸਾਡੇ ਵਾਸਤੇ ਆ ਜਾਂ ਕਿਹਦੇ ਵਾਸਤੇ ਆ ਇਹ, ਅਤੇ ਜੇ ਤੁਸੀਂ ਉਹ ਹੋਲ ਵੱਡਾ ਲਾਓਗੇ ਤਾਂ ਉਹਦੇ ਵਿੱਚ ਵੜ ਜਦੋਂ ਗਟਾਰ ਵੜਦੀ ਉਹਦੇ ਵਿੱਚ ਤਾਂ ਚਿੜੀ ਨੇ ਵੜਨਾ ਹੀ ਨਹੀਂ ਉਹਦੇ ਵਿੱਚ,
ਜਿਹੋ ਜਿਹਾ ਤੁਸੀਂ ਸਹਿਜ ਲਾਓਗੇ ਉਹੋ ਜਿਹਾ ਜਾਨਵਰ ਆ ਕੇ ਵੜੂ ਇਹਦੇ ਵਿੱਚ। ਆਹ ਦੇਖੋ ਤੁਸੀਂ ਹੁਣ ਵੇਲ ਪੂਰੀ ਇੱਥੇ ਭਰ ਗਈ ਆ ਅਤੇ ਹੁਣ ਇਹਨਾਂ ਨੂੰ ਪੂਰੀ ਸੇਫਟੀ ਆ ਇਹਦੇ ਵਿੱਚ। ਐਂ ਵਿੱਚ ਲੋਕੇ ਬਹਿ ਜਾਂਦੀਆਂ ਦਾ ਵਾਧਾ ਵੈਸੇ ਜਦੋਂ ਕੋਈ ਲੱਗੜ ਲੁਗੜ ਵਗੈਰਾ ਆਉਂਦੀ ਆ ਕੋਈ ਹੋਰ ਜਾਨਵਰ, ਨਾ ਤਾਂ ਇੱਥੇ ਕੋਈ ਬਿੱਲੀ ਤੋਂ ਇਹਨਾਂ ਨੂੰ ਨੁਕਸਾਨ ਆ ਕੋਈ ਨਾ ਲੱਗੜ ਤੋਂ, ਪੂਰਾ ਇਹਨਾਂ ਦਾ ਬਚਾਅ ਹੋ ਜਾਂਦਾ ਇਹਦੇ ਵਿੱਚ। ਅਤੇ ਹੁਣ ਤਕਰੀਬਨ ਇਹਨਾਂ ਦੀ ਗਿਣਤੀ ਐਰਕੀ ਇਸ ਸਾਲ ਹੋਰ ਵਧੂਗੀ ਇਹਨਾਂ ਦੀ। ਸਾਰੇ ਆਹ ਨੇ ਆਹ ਬੁੱਕ ਹੁੰਦੇ ਆ ਇਹਨਾਂ ਦੇ ਗਰਮੀਆਂ ਦੇ ਵਿੱਚ, ਹੁਣ ਇਹਨਾਂ ਦੀ ਬਰੀਡਿੰਗ ਸੀਜ਼ਨ ਹੁੰਦਾ ਵਾ ਅਤੇ ਗਰਮੀਆਂ ਦੇ ਵਿੱਚ ਹੁਣ ਇਹ ਬਰੀਡ ਕਰਨਗੀਆਂ। ਹੁਣ ਜਦੋਂ ਬਰੀਡ ਕੀਤੀ ਉਦੋਂ ਮੈਂ ਫਿਰ ਇਹਨਾਂ ਨੂੰ ਰੋਟੀਆਂ ਭਿਉਂ ਕੇ ਇੱਥੇ ਪਾ ਦੇਣਾ ਬਾਹਰ ਮਾੜੀਆਂ ਮੋਟੀਆਂ ਗਿੱਲੀਆਂ, ਅਤੇ ਉਹ ਬੱਚੇ ਉਹਦੇ ਨਾਲ ਬਹੁਤ ਛੇਤੀ ਪਲਦੇ ਆ। ਕਈ ਕਹਿ ਜਾਂਦੇ ਬਈ ਚਿੜੀਆਂ ਨਹੀਂ ਦੇਖੀਆਂ ਜਿੱਦਾਂ ਦੇਸੀ ਯਾਰ। ਆਹ ਮੇਰਾ ਦਾਣਿਆਂ ਵਾਸਤੇ ਜੁਗਾੜ ਲਾਇਆ ਵਿਆ, ਇਹ ਮੇਰੇ ਵੀਰ ਗੁਰਪ੍ਰੀਤ ਸਰਾਂ ਨੇ ਦਿੱਤਾ ਸੀ, ਮੈਂ ਫਰੀਦਕੋਟ ਵਾਲ ਨੇ ਲੈ ਕੇ ਆਇਆ ਸੀਗਾ, ਉਹ ਮੇਰੇ ਵੀਰ ਨੇ ਦਿੱਤਾ ਸੀ ਨਾਲ ਮੈਨੂੰ, ਕਹਿੰਦਾ ਯਾਰ ਆ ਵੀ ਤੁਹਾਨੂੰ ਦੇਣਾ ਇੱਕ ਆਹ ਹੀਟਰ, ਇਹਦੇ ਵਿੱਚ ਆ ਬੀਅਰ ਦੀ ਬੋਤਲ ਲੱਗੀ ਆ, ਥੱਲੇ ਦਾਣੇ ਆਈ ਜਾਂਦੇ ਆ ਉੱਥੇ, ਅਤੇ ਇਹਨੂੰ ਬੋਤਲ ਨੂੰ ਲਾਹ ਕੇ ਭਰ ਦੇਈਦਾ, ਹਫ਼ਤੇ ਦੇ ਵਿੱਚ ਵਿਹਲਾ ਕਰ ਦਿੰਦੀਆਂ ਇਹ। ਹਰ ਟਾਈਮ ਇਹਨਾਂ ਨੂੰ ਦਾਣੇ ਵੀ ਬਾਹਰੋਂ ਨਹੀਂ ਮਿਲਦੇ ਖੇਤਾਂ ਖੂਤਾਂ 'ਚ, ਹੋਣਾ ਜੇ ਕੋਈ ਉਹਦੀ ਤੁਸੀਂ ਸੋਲ ਬਣਾ ਤੇ ਇਹਨਾਂ ਨੂੰ ਵੀ ਦਾਣੇ ਨਹੀਂ ਇਹਨਾਂ ਨੂੰ, ਐਂ ਵੀ ਪਾਉਣੇ ਚਾਹੀਦੇ ਐਂ, ਹੈ ਨਾ। ਅਤੇ ਬਾਕੀ ਐਂ ਵੀ ਖੇਤਾਂ ਖੂਤਾਂ 'ਚੋਂ ਹਰ ਟਾਈਮ ਨਹੀਂ ਮਿਲਦਾ, ਹੁਣ ਆਪਾਂ ਵਿਹਲਾ ਤਾਂ ਛੱਡਦੇ ਨਹੀਂ ਵਾਲਾਂ ਨੂੰ, ਅੱਗੇ ਬਾਹਣ ਵਿਹਲੇ ਪਏ ਰਹਿੰਦੇ ਹੁੰਦੇ ਸੀਗੇ, ਜਦੋਂ ਕਣਕ ਵੱਢ ਲਈ ਅਤੇ ਉਦੋਂ ਬਾਅਦ ਕਿੰਨਾ ਚਿਰ ਵਿਹਲੇ ਪਏ ਰਹਿੰਦੇ ਹੁੰਦੇ ਸੀ ਬਾਹਣ। ਉਹ ਅੱਗੇ ਵਾਲੀਆਂ ਗੱਲਾਂ ਕਹੀਆਂ, ਹੁਣ ਇਹਨਾਂ ਨੂੰ ਵੀ ਉਹੋ ਜਿਹਾ ਕੁਛ ਹੀ ਚਾਹੀਦਾ ਜਿਹੋ ਜਿਹਾ ਆਪਾਂ ਬਣਾਈ ਜਾਂਦੇ ਹਾਂ। ਜਿਵੇਂ ਆਪਣੀ ਤੇਜ਼ੀ ਆਪਾਂ ਤੇਜ਼ੀ ਕੀਤੀ ਆ ਫਸਲ ਬੀਜਣ 'ਚ, ਕਿਵੇਂ ਹੈ ਨਾ, ਜਿਵੇਂ ਵੀ ਬਾਹਣ ਜਮਾਂ ਹੀ ਨਹੀਂ ਵਿਹਲੇ ਰਹਿੰਦੇ ਕਿਤੋਂ ਪਾਸੇ, ਉੱਤੇ ਦਾਣੇ ਇਹਨਾਂ ਨੇ ਕਿੱਥੋਂ ਖਾਣੇ ਆ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਧੰਨਵਾਦ ਜੀ। ਦੇਸੀ ਜਿਹੜੀਆਂ ਵੀ ਆਪਾਂ ਰੱਖੀਆਂ ਵੀਆਂ।